ਅੱਧਾ ਘੰਟਾ ਹੋ ਗਿਆ ਕਦੇ ਉੱਪਰ ਕਦੇ ਥੱਲੇ ਇਦਾਂ ਹੀ ਚੱਲੀ ਜਾਂਦਾ ਮਾਮਲਾ ਸਰ ਤੁਸੀਂ ਸਿਕੰਦਰ ਮੂਵੀ ਚ ਸੀ ਨਾ ਜੀ ਮੈਮ ਜੀ ਹਾਂ ਸਰ ਮੈਨੂੰ ਲੱਗ ਰਿਹਾ ਭੁਲੇਖਾ ਮੈਂ ਤਾਂ ਪਹਿਲਾਂ ਹੀ ਸਰ ਕਹਿੰਦੇ ਸਿੰਦਾ मैं बहुत ज्यादा एप्रीशिएट करता जी सत श्री अकाल जी की हाल चाल ठीक ठाक गुड मॉर्निंग खुशखबरी है कि अज अपनी फिल्म चेता सिंह वर्ल्ड वाइड दे विच रिलीज़ हो चुकी है तुसी सारे ही अपने अपने नज़दीकी सिनेमा घरां दे विच जाओ देखो तो रिपोर्ट दो किवें लगी फिल्म आपां हाले उठाई हैं तो जनता मेरे नाल दी भी हजे सोती पई है इन्हां नूं भी उठाउणे आ तो अज साडा 12 बजे बेस्टक मॉल दे विच प्रीमियर शो भी है तो असीं उह देखण जाणा तैयार करदे आ तैयार हुंदे आ ਅਤੇ ਜਨਤਾ ਜੇ ਠਾਲ ਆ ਮੈਂ ਪਹਿਲਾਂ ਸੁੱਤੀ ਪਈ ਆ ਉਹ ਦਿਖਾਵਾਂ ਤੁਹਾਨੂੰ ਕਿਵੇਂ ਘੋੜੇ ਵੇਚ ਕੇ ਸੁੱਤੇ ਪਏ ਆ ਹਾਂ ਦੇਖੋ ਕੀ ਦੇਖੋ ਜਿੱਦਾਂ ਜੋਗੇ ਬਾਹਰ ਪਏ ਹੁੰਦੇ ਨਾ ਗੁਰਦੁਆਰੇ ਦੇ ਨੂੰ ਬਾਹਰ ਪਏ ਪਹਿਲੀ ਜਨਤਾ ਗੁੱਡ ਮੋਰਨਿੰਗ ਗੁੱਡ ਮੋਰਨਿੰਗ ਜਾਣਾ ਆਪਾਂ ਟਾਈਮ ਹੋ ਗਿਆ ਖੜਾ जैतो खड़ा हो खड़ा चल चल टाइम हो गया अपना जाना देख इधर जुड़ा एक इधर पे अजी गुड मॉर्निंग खड़े हो खड़े उठ गए वाह जी वाह वेखो जी कहते उठ गए चोबर सोत्या प्यार से मारती रेड इन्हों से ਐਂ ਲੱਗੇ ਪਏ ਨੀਂਦਰਾ ਘੋੜੇ ਵੇਚ ਕੇ ਸੁੱਤੇ ਮੈਂ ਵੀ ਸੁੱਤਾ ਸੀਗਾ ਪਰ ਉੱਠਣਾ ਜ਼ਰੂਰੀ ਹੈ ਉੱਠ ਕੇ ਜਾਣਾ ਵੀ ਹੈ ਕੰਮ ਵੀ ਕਰਨੇ ਆ ਵਿਹਲਿਆਂ ਨੇ ਥੋੜ੍ਹਾ ਪੈ ਰਹਿਣਾ ਵੈਸੇ ਇਹਨਾਂ ਦਾ ਕੰਮ ਤਾਂ ਇੱਥੇ ਸਟੂਡੀਓ 'ਚ ਹੀ ਹੁੰਦਾ ਤਾਂ ਇੱਥੇ ਹੀ ਕਰਦੇ ਆ ਅਤੇ ਚਲੋ ਫਿਰ ਹੋਈਏ ਤਿਆਰ ਅਤੇ ਫਿਰ ਚੱਲੀਏ ਤਿਆਰ ਹੋ ਕੇ ਕਰਦੇ ਤੁਹਾਡੇ ਨਾਲ ਗੱਲਬਾਤ ਆਪਾਂ ਲਓ ਜੀ ਅਸੀਂ ਨਿਕਲ ਲੱਗੇ ਹਾਂ ਰੈਡੀ ਹੋ ਗਿਆ ਅਤੇ ਆਹ ਫੌਜਾਂ ਵਾਹਿਗੁਰੂ ਜੀ ਕੀ ਫਤਿਹ ਤੇ ਚੇਤਾ ਸਿੰਘ ਦਾ ਪ੍ਰੀਮੀਅਰ ਬੈਸਟਕ ਮਾਲ ਤੇ ਅਸੀਂ ਟਾਈਮ ਤੋਂ ਥੋੜ੍ਹਾ ਜਿਹਾ ਲੇਟ ਹੀ ਹਾਂ ਹੁਣ ਸਾਨੂੰ ਸੀਟਾਂ ਗਾਹਾਂ ਮਿਲਣਗੀਆਂ ਜਿੱਥੇ ਇਹ ਹੁਣ ਅਸੀਂ ਭਾਲ ਲਾਂਗੇ ਵੀ ਸਾਨੂੰ ਪਿਛਲੀਆਂ ਸੀਟਾਂ ਮਿਲਦੀਆਂ ਉਹ ਤਾਂ ਸਾਡੇ ਹੱਥੋਂ ਗਈਆਂ ਅਤੇ ਹੁਣ ਸਾਨੂੰ ਮਿਲਣਗੀਆਂ ਮੂਹਰਲੀਆਂ ਜਿੱਥੇ ਐ ਮੂੰਹ ਚੱਕ ਕੇ ਦੇਖਣੀ ਪੈਂਦੀ ਹੈ ਫਿਰ ਨੂੰ ਖਾਣ ਨੂੰ ਨਹੀਂ ਦਿੰਦੇ ਕਹਿੰਦੇ ਖਾਣ ਉਹ ਕਹਿੰਦਾ ਅੱਗੇ ਖਾਣ ਨੂੰ ਨਹੀਂ ਦਿੰਦੇ ਹੁੰਦੇ ਸਹੀ ਗੱਲ ਹੈ ਅਸੀਂ ਖਾਣ ਨੂੰ ਨਹੀਂ ਦਿੰਦੇ ਅੱਛਾ ਉੱਥੇ ਆਉਂਦਾ ਨਹੀਂ ਖਾਣ ਨੂੰ ਨਹੀਂ ਆਉਂਦਾ ਹਰ ਥਾਂ ਤੱਕ ਵਾਰੀ ਆਉਂਦੀ ਉੱਥੇ ਤੁਹਾਨੂੰ ਲੱਗਦਾ ਕਿ ਫਿਲਮ ਵਧੀਆ ਨਹੀਂ ਉੱਠ ਕੇ ਚੱਲੀ ਆ ਦੇਖ ਲਓ ਕੀ ਕਹਿੰਦਾ ਇਹ ਤਾਂ ਫਿਲਮ ਬਹੁਤ ਘੈਂਟ ਆ ਇਹ ਤਾਂ ਜਬਰ ਫਿਲਮ ਆ ਜਬਰ ਜਬਰ ਪ੍ਰਿੰਸ ਕਮਲਜੀਤ ਸਿੰਘ ਪੰਮਾ ਵਾਰਨਿੰਗ ਵਾਲਾ ਗੁਰਪ੍ਰੀਤ ਤੋਤੀ ਮੈਂ ਇਹਦੇ ਵਿੱਚ ਚੌਂਕੀਦਾਰ ਦਾ ਰੋਲ ਕੀਤਾ ਇੱਕ ਕੋਚਰੀ ਦਾ ਤੁਹਾਨੂੰ ਪਸੰਦ ਆਊਗਾ ਅਜੀਬ ਜਿਹਾ ਕਰੈਕਟਰ ਆ ਮੇਰਾ ਅਤੇ ਜਿਹਨੇ ਜਿਹਨੇ ਇਹ ਫਿਲਮ ਅੱਜ ਦੇਖਣਗੇ ਤਾਂ ਦੇਖ ਕੇ ਕਮੈਂਟ ਜ਼ਰੂਰ ਕਰੇ ਜਾਵੇ ਕਿੱਦਾਂ ਦੀ ਲੱਗੀ ਚਲੋ ਬਾਕੀ ਆਪਾਂ ਉੱਥੇ ਜਾ ਕੇ ਕਰਦੇ ਹਾਂ ਹਾਂ ਲਓ ਜੀ ਹੋਰ ਤਾਂ ਅਸੀਂ ਲੇਟ ਹੀ ਗਏ ਹਾਂ ਥੋੜ੍ਹਾ ਜਿਹਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਬਾਕੀ ਆਪਾਂ ਹੁਣ ਲਾਉਣੇ ਗੱਡੀ ਪਾਰਕਿੰਗ 'ਚ ਫਿਰ ਦੇਖਦੇ ਹਾਂ ਸਾਨੂੰ ਕਿੱਥੇ ਜੇ ਸੀਟ ਮਿਲਦੀ ਆ ਪਰਚੀ ਲੈ ਲਈਏ ਪਾਰਕਿੰਗ ਦੀ ਕਿੱਧਰ ਲਾਵਾਂ ਸ਼ਾਹ ਤਾਂ ਹੋਣੀ ਇੱਥੇ ਧੁੱਪੇ ਲਾਉਣੀ ਪੈਣੀ ਕਿਤੇ ਗੱਡੀ ਮਿੱਤਰੋ ਕੀ ਕਹਿਣ ਡਏ ਹੋ ਲਾ ਦਿਓ ਵੀ ਬੈਲਟਾਂ ਸਜਣੋ ਦੇਖਿਆ ਹੁਣ ਟੀਚਰਾਂ ਕਰਨ ਡਿਆ ਉਹ ਮੈਨੂੰ ਉਰਾ ਆਇਆ ਭਾਈ ਥਾਂ ਲਓ ਜੀ ਹੇਟ ਫੇਟ ਲਈ ਮਾਫ਼ੀ
ਅੱਗੇ ਤੋਂ ਆਪਾਂ ਟਾਈਮ ਨਾਲ ਤੁਰਿਆ ਕਰੀਏ ਤਾਂ ਕਿ ਜਿਹੜਾ ਟ੍ਰੈਫਿਕ ਦਾ ਮਾਰਜਨ ਆ ਉਹ ਵੀ ਆਪਾਂ ਵਿੱਚ ਹੀ ਕੱਢਦਾ ਕਰੀਏ। आ जाओ भी चेता सिंह ਜ਼ਾਲਮ ਆਪਣੇ ਜ਼ੁਲਮ ਦਾ ਸ਼ਿਕੰਜਾ ਭੋਲੇ ਭਾਲੇ ਸਮਾਜ ਤੇ ਕਸਣਗੇ ਉਦੋਂ ਚੱਲੀਏ ਵਧੀਆ ਥੱਲੇ ਨੂੰ ਚਲੋ ਮੈਂ ਪਹਿਲਾਂ ਚੌਂਕੀਦਾਰ ਇਹੋ ਜਿਹਾ ਪਿੰਡ ਨੂੰ ਡਰਾਉਂਦਾ ਰਹਿੰਦਾ ਵੈਸੇ ਚੌਂਕੀਦਾਰੀ ਤੇ ਚੌਂਕੀਦਾਰੀ ਹੀ ਕਰਦਾ ਮੈਂ ਸੱਚੀ ਵਾਕਿਆ ਤੁਸੀਂ ਡਰਾ ਹੀ ਰਹੇ ਸੀ ਜੀ ਹਾਂ ਪੂਰਾ ਰੰਗ ਮਾਹੌਲ ਬਣਾ ਕੇ ਰੱਖਿਆ ਤੁਸੀਂ ਪੂਰੀ ਮਤਲਬ ਫਿਲਮ ਦੇ ਵਿੱਚ ਮੈਂ ਹੁਣੇ ਪਹਿਲਾਂ ਵੀ ਕਹਿ ਮੈਂ ਕਿਹਾ ਪਹਿਲਾਂ ਚੌਂਕੀਦਾਰ ਇਹੋ ਜਿਹੜਾ ਪਿੰਡ ਵਾਲੇ ਨੂੰ ਡਰਾਉਂਦਾ ਅੱਛਾ ਮੈਨੂੰ ਦੇਖ ਕੇ ਸਾਰਿਆਂ ਦੀ ਉਹ ਨਿਕਲ ਜਾਂਦੀ ਮੂੰਹ ਦੇ ਵਿੱਚੋਂ ਨਹੀਂ ਨਹੀਂ ਐਕਚੁਅਲੀ ਯੂ ਡਿਡ ਵੈਰੀ ਵੈਰੀ ਵੈਲ ਜੀ ਥੈਂਕ ਯੂ ਸੋ ਮਚ ਗੱਲ ਹੀ ਨਹੀਂ ਆ ਰਹੀ ਇਹਨਾਂ ਦਾ ਮਾਮਾ ਹੀ ਚੌਂਕੀਦਾਰ ਹੈ ਲੋਕਾਂ ਦੇ ਮਾਮੇ ਅਫਸਰ ਹੁੰਦੇ ਆ ਇਹਨਾਂ ਦਾ ਚੌਂਕੀਦਾਰ ਕਿੰਨੀ ਸੁੱਚੀ ਬਹੁਤ ਬਹੁਤ ਸੋਹਣੀ ਫਿਲਮ ਬਣੀ ਹੋਈ ਜੀ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਮੇਰੀ ਚੌਂਕੀਦਾਰੀ ਆ ਉਹ ਸਾਰਿਆਂ ਨੂੰ ਪਸੰਦ ਆਵੇ ਤਾਂ ਪਲੀਜ਼ ਹੋਈ ਆ ਮੈਂ ਅਪੀਲ ਕਰਦਾ ਤੁਸੀਂ ਇੱਕ ਵਾਰੀ ਦੇਖਿਓ ਜ਼ਰੂਰ ਤੁਹਾਨੂੰ ਦੇਖ ਕੇ ਘੱਟੋ ਘੱਟ ਇੰਨੀ ਗੱਲ ਦੀ ਤਾਂ ਸਮਝ ਆਊਗੀ ਕਿ ਪੰਜਾਬੀ ਅਤੇ ਪੰਜਾਬੀਅਤ ਕਿਸ ਤੋਂ ਘੱਟ ਨਹੀਂ ਹੈ ਬਾਕੀ ਪ੍ਰਿੰਸ ਭਾਜਾ ਜ਼ਿੰਦਾਬਾਦ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸੋ ਫਿਲਮ ਦੇਖੀ ਅਸੀਂ ਸਾਰਿਆਂ ਨੇ ਤੁਹਾਡਾ ਕਿਰਦਾਰ ਕੀ ਤੁਹਾਨੂੰ ਖੁਦ ਨੂੰ ਕਿੱਦਾਂ ਦੀ ਲੱਗੀ ਹੈ ਫਿਲਮ ਮੈਨੂੰ ਪਰਸਨਲੀ ਸੱਚੀ ਦੱਸਾਂ ਤਾਂ ਇਹ ਉਹ ਕਨਸੈਪਟ ਨੇ ਜਿਹੜੇ ਮੈਨੂੰ ਚੰਗੇ ਲੱਗਦੇ ਜੀ ਮੈਂ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਵਾਰੀ ਸਾਡੇ ਕਹਿਣ ਦੇ ਤੁਸੀਂ ਚੇਤਾ ਸਿੰਘ ਜ਼ਰੂਰ ਦੇਖੋ ਜੇਕਰ ਤੁਹਾਡੇ ਚੇਤਿਆਂ 'ਚੋਂ
एक साल लिए घट्टो घट क्योंकि थोड़ी अगली की वेट रहूगी जिन्ना टाइम तुम अगली चेता सिंह नहीं देखते उन्ना टाइम घट्टो घट थोड़े दिमाग चेते जल्दी आ रही है अगली चेता सिंह जी थैंक यू सो मच देखिए जी रौनक चेता सिंह दी 99 गुरप्रीत धोती दे और सच्ची कह रहा मैं दिलो कह रहा मैं जो फिल्म कर रहा सी ना भाजी नूं भी पता इन्होंने जो प्ले करते मैं बहुत ज्यादा एप्रीशिएट करता जी और कसम नाल उन्होंने बहुत ज्यादा वधिया काम किया भाजी मतलब सच्ची जिते आते हसा देंगे बहुत कमाल की गल है सारों सत श्रीकाल जी और मैं आही गल करना कि जो मेरे भाजी ने दसा कि करैक्टर इदा वा मैं चलो मैं तो सीधे ठीक है कि चौकीदार है जिस तरह चौकीदार बन गए पर जो सेट पर असं गए जो मेरा कॉस्ट्यूम पाया तो इन्होंने मेरा कॉस्ट्यूम पसंद नहीं है तो कहते नहीं जी ये कुछ होर चाहिए कोई ना कुछ होर चाहिए सी क्योंकि ठंड का टाइम से लोग उत्थे शूटिंग देख आते पर जो शूटिंग देख रहा सारे कॉस्ट्यूम सारे लोगों की है भाजी ने किसी की टोपी फड़ ली किसी का कोट फड़ लिया और फिर उस तो बाद शराब किया भाजी ने की किया कि जिदा दीवार होंगी है सीमेंट और घसाता सारा कोट वो फिर मेरे पाया जो गैटअप जो मैं सामने आया फिर भाजी कहते हम कोच नहीं तैयार है पर ये पहला चौकीदार ऐसा जो पेंट में फड़ा रहा है दूसरी गल मैं इस गल का वादा करता सारे ही साडेकास्ट सारी फिल्म की कड़ी है असं इस गल का वादा करते हैं कि चेता सिंह थोड़े चेतों से कदे नहीं जाऊगा जिन्ना टाइम तुम ये नहीं ना कहते कि सैकंड पार्ट लैके आओ उन्ना टाइम तो घट्टो घट्ट पहला पार्ट नहीं जाता और मैनू चिंता करो पहला का सैकंड पार्ट मैनू चिंता करो जे बना रहे हो जी भाजी इन्हों चिंता करो बहुत कमाल के गुरु जी ने म्यूजिक डायरेक्टर और एक्टर बहुत कमाल ने सट खाई फिरते हैं फिर का एक्शन किया एक्शन का रिएक्शन देखे जी अपना मैडिकल हिम्मत सिंह खतरनाक एक जरा इंस्पैक्टर से भाजी जो यह काम करोगे तो लत्त ही चलाओगे यार चल कोई नहीं ये ऐसा काम है जिद लत्त बहुत टुटदिया आप मैसेज देना है कि जो जिहे काम करोगे वह ठीक है वजिए काम करो आशीष कुमार साड़ी फिल्म के डायरेक्टर और ये उन्होंने जिन्होंने इनू गुरप्रीत धोती नूं कोचरी बनाया और मैंने बहुत खुशी है Thank you.
ਗੁਰਪ੍ਰੀਤ ਮੇਰਾ ਛੋਟਾ ਬ੍ਰਦਰ ਤਾਂ ਹੈ ਹੀ ਹੈ ਅਤੇ ਨਾਲ ਨਾਲ ਕਮਾਲ ਦਾ ਐਕਟਰ ਹੈ ਅਤੇ ਇਹਦੀ ਖਾਸੀਅਤ ਇਹ ਹੈ ਕਿ ਇਹਨੂੰ ਪਤਾ ਹੁੰਦਾ ਹੈ ਕਿ ਮੇਰਾ ਕਿਰਦਾਰ ਇੰਨਾ ਕੀ ਹੋਊਗਾ ਅਤੇ ਉਹਦੇ ਵਿੱਚ ਇਹ ਇੰਨਾ ਕੁਛ ਕਰ ਦਿੰਦਾ ਹੈ ਕਿ ਸਾਰਿਆਂ ਤੋਂ ਇਹੀ ਯਾਦ ਰਹਿੰਦਾ ਇਹੀ ਇਹਦੀ ਖਾਸੀਅਤ ਹੈ ਇਹਦੇ ਨਾਲ ਅਸੀਂ ਇੱਕ ਹੋਰ ਫਿਲਮ ਕਰ ਰਹੇ ਹਾਂ ਅੱਕੜ ਬੱਕੜ ਬੰਬੇ ਬੋ ਉਹਦੇ ਵਿੱਚ ਵੀ ਇਹੀ ਹੈ ਬਹੁਤ ਬਹੁਤ ਚਲਾਕ ਐਕਟਰ ਹੈ ਇਹ ਇਹਨੂੰ ਪਤਾ ਹੈ ਕਿ ਸਾਰੀ ਲਾਈਮਲਾਈਟ ਕਿਵੇਂ ਲੈਣੀ ਹੈ ਅੱਕੜ ਬੱਕੜ 'ਚ ਵੀ ਲੈ ਗਿਆ ਇਹ ਮੈਂ ਇਹਨਾਂ ਤੋਂ ਸਿੱਖਿਆ ਸਾਰਾ ਕੁਛ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਦੋਸਤੋ ਇਹ ਸੀਗੀ ਚੇਤਾ ਸਿੰਘ ਅੱਜ ਰਿਲੀਜ਼ ਹੋਈ ਆ ਅਤੇ ਮੈਂ ਬਹੁਤ ਹੀ ਘੈਂਟ ਬਹੁਤ ਕਮਾਲ ਦੀ ਫਿਲਮ ਜ਼ਬਰਦਸਤ ਐਕਸ਼ਨ ਡਰਾਮਾ ਇਮੋਸ਼ਨਲ ਸਭ ਕੁਛ ਹੀ ਇਹਦੇ ਵਿੱਚ ਔਰ ਅਸੀਂ ਹੁਣ ਫ੍ਰੀ ਹੋ ਗਏ ਹਾਂ ਹੁਣ ਜਾਵਾਂਗੇ ਵਾਪਸ ਘਰਾਂ ਨੂੰ ਫਿਰ ਬਾਏ ਬਾਏ ਕਰਦੇ ਹਾਂ ਭੁੱਖ ਬਹੁਤ ਲੱਗੀ ਹੈ ਖਾਣੇ ਪੀਂਦੇ ਹਾਂ ਕੁਛ ਅਤੇ ਬਸ ਇੱਕੋ ਹੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ 'ਤੇ ਉਂਗਲ ਲਾ ਦਿਓ ਅਤੇ ਸਬਸਕ੍ਰਾਈਬ ਬਣ ਜਾਓਗੇ ਅਤੇ ਤਾਂ ਕਿ ਆਪਣੀਆਂ ਅਗਲੀਆਂ ਜਿਹੜੀਆਂ ਵੀਡੀਓਜ਼ ਆ ਉਹ ਵੀ ਤੁਹਾਨੂੰ ਇੱਦਾਂ ਹੀ ਦਿਖਾਉਂਦੇ ਜਾਵਾਂਗੇ ਆਪਾਂ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਜਲਦੀ